रमन रोटी पैक करती? हाँ जी करती। लिया ते ऐन रस्सा मनु ले क्या मतलब बातें पूछो? नहीं मेनु किसी चीज की लोड नहीं है। तामी किसी चीज की लोड तो होगी। मेनु का दी लोड होनी है बस तुसी शाम नो करे आ जाओ टाइम पर। चल ठीक है चंगा मैं चलता हूँ। ਭਾਵੇਂ ਘਰ ਵਿੱਚ ਗਰੀਬੀ ਆ ਪਰ ਫਿਰ ਵੀ ਮੇਰਾ ਕਿੰਨਾ ਖਿਆਲ ਰੱਖਦੇ ਆ। ਹਰ ਰੋਜ਼ ਪੁੱਛਣਗੇ ਕੀ ਖਾਣਾ ਹੈ ਤੇ ਮੈਂ ਤਾਂ ਤੇਰੇ ਪਿਆਰ ਨਾਲ ਹੀ ਰੱਜੀ ਰਹਿੰਦੀ ਹਾਂ। ਹੋਰ ਮੈਨੂੰ ਕੀ ਚਾਹੀਦਾ ਆ? ਰੋਟੀ ਟੁੱਕ ਤਾਂ ਹੁਣ ਬਣ ਗਿਆ, ਭਾਂਡੇ ਮਾਂਜਣਗੀ ਆ ਕੇ ਤੇ ਹੁਣ ਰਮਨ ਦਾ ਪਤਾ ਲੈ ਕੇ ਆਵਾਂ। ਕੀ ਹਾਲ ਹੈ ਰਮਨ? ਠੀਕ ਹੈ ਜੀ, ਤੁਸੀਂ ਦੱਸੋ? ਮੇਰਾ ਤਾਂ ਆਪ ਠੀਕ ਹੈ। ਆ ਤੁਹਾਡੇ ਕੋਲ ਨਵੀਂ ਦੀ ਘਰ ਵਾਲੀ ਲੰਗੀ ਸੀ ਹੁਣੇ ਹੁਣੇ? ਹਾਂ ਪੁੱਤ ਉਹੀ ਸੀ। ਆਂਟੀ ਮੈਂ ਪਹਿਲਾਂ ਵੀ ਕਈ ਵਾਰੀ ਜਾਂਦੀ ਦੇਖੀ ਹੈ, ਇਹ ਕਿਹੜੇ ਕੰਮ ਲੱਗੀ ਪਈ ਆ? ਇਹ ਤਾਂ ਪੁੱਤ ਪਾਰਲਰ ਦੇ ਲੱਗੀ ਹੋਈ ਹੈ, ਰੋਜ਼ ਨਵੇਂ ਨਿੱਤ ਫੈਸ਼ਨ ਕਰਦੀ ਹੈ, ਨਿੱਤ ਪੈਸੇ ਵੜਦੀ ਹੈ। ਤਾਂ ਇਹ ਤਾਂ ਪੁੱਤ ਫੁੱਲ ਟੌਰਾਂ ਕੱਢਦੀ ਹੈ। ਅੱਛਾ, ਮੈਨੂੰ ਵੀ ਤਾਂ ਹੀ ਲੱਗਿਆ ਸੀ ਵੀ ਇਹ ਕਿਤੇ ਨਾ ਕਿਤੇ ਕੰਮ ਜਾਂਦੀ ਹੋਵੇਗੀ, ਕਮਾਉਂਦੀ ਹੋਵੇਗੀ। ਇਹ ਤਾਂ ਪੁੱਤ ਪੈਸੇ ਉਡਾਉਣ ਵਾਲੀ ਹੈ, ਕਮਾਉਣ ਵਾਲੀ ਨਹੀਂ। ਕਿਹੜੀਆਂ ਸੋਚੋ ਪਵੇ ਬਾਈ? ਉਹ ਬਾਈ ਮੈਂ ਤਾਂ ਐਂ ਸੋਚ ਰਿਹਾ ਸੀ, ਹਾਂ ਵੀ ਸਾਡੇ ਵਿਆਹ ਨੂੰ ਹੋ ਗਏ 4-5 ਮਹੀਨੇ, ਠੀਕ ਹੈ ਜੀ, ਮੈਂ ਹਲੇ ਤੱਕ ਤੇਰੀ ਭਰਜਾਈ ਨੂੰ ਇੱਕ ਵੀ ਸੂਟ ਨਹੀਂ ਲੈ ਕੇ ਦਿੱਤਾ। ਕਿਉਂ ਬਾਈ? ਉਹ ਕੀ ਕਰੀਏ ਬਾਈ, ਤਨਖਾਹ ਤਾਂ ਸੌਦੇ ਪੱਤੇ ਦੀ ਲੰਘ ਜਾਂਦੀ ਹੈ। ਠੀਕ ਹੈ ਬਾਈ, ਪਿਛਲੇ ਵਿਆਹ ਦੇ ਪੈਸੇ ਵੀ ਖੜੇ ਨੇ, ਉਹਨਾਂ ਦਾ ਵੀ ਲੈਣ ਦੇਣ ਕਰਨਾ ਹੈਗਾ। ਬਾਈ ਭਰਜਾਈ ਨੇ ਕਦੇ ਸੂਟ ਮੰਗਿਆ ਤਾਂ ਹੋਊ? ਨਾ ਬਾਈ, ਉਹਨੇ ਵਿਚਾਰੀ ਨੇ ਤਾਂ ਕਦੇ ਕੋਈ ਮੰਗ ਹੀ ਨਹੀਂ ਰੱਖੀ ਮੇਰੇ ਤੋਂ। ਓਹੋ, ਬੜੀ ਚੰਗੀ ਆ ਫਿਰ ਉਹ ਵੀ ਵਿਚਾਰੀ। ਬਾਈ ਫਿਰ ਤਾਂ ਤੇਰੇ ਘਰ ਵਾਲੀ ਬੜੀ ਚੰਗੀ ਹੈਗੀ, ਜਿਹੜੀ ਆਉਂਦੇ ਤੇਰੀ ਕਬੀਲਦਾਰੀ ਨੂੰ ਸਮਝ ਗਈ। ਹਾਂ ਬਾਈ, ਉਹ ਤਾਂ ਸਮਝ ਗਈ, ਪਰ ਮੈਨੂੰ ਵੀ ਸਮਝਣਾ ਚਾਹੀਦਾ ਵੀ ਇੱਕ ਕੁੜੀ ਦੇ ਚਾਅ ਵੀ ਹੁੰਦੇ ਨੇ ਅਤੇ ਸੁਪਨੇ ਵੀ ਹੁੰਦੇ ਨੇ। ਸਹੀ ਗੱਲ ਬਾਈ। ਕੋਈ ਨਾ ਬਾਈ, ਤੂੰ ਤਾਂ ਮਿਹਨਤੀ ਬੰਦਾ ਗਾ, ਜਦੋਂ ਸਾਰਾ ਲੈਣ ਦੇਣ ਉੱਤਰ ਗਿਆ ਉਦੋਂ ਚਾਅ ਕਰਦੀ ਪੂਰੇ ਭਰਜਾਈ। ਹਾਂ ਹਾਂ ਬਾਈ। ਦੁਪਹਿਰ ਦੀ ਚਾਹ ਦਾ ਟਾਈਮ ਹੋ ਗਿਆ, ਚੱਲ ਚਾਹ ਬਣਾ ਕੇ ਪੀਂਦੇ ਹਾਂ। ਓਹੋ, ਚਾਹ ਕਿਵੇਂ ਬਣੂਗੀ, ਖੰਡ ਤਾਂ ਮੁੱਕੀ ਪਈ ਆ, ਚਾਹ ਪੱਤੀ ਵੀ ਥੋੜੀ ਜਿਹੀ ਰਹਿੰਦੀ ਹੈ ਤੇ ਹੋਰ ਸਮਾਨ ਲਿਆਉਣ ਵਾਲਾ ਵੀ ਪਿਆ ਹੋਇਆ, ਪਰ ਇਹਨਾਂ ਦੀ ਤਾਂ ਤਨਖਾਹ ਥੋੜੇ ਕੁ ਦਿਨਾਂ ਤੱਕ ਆਊਗੀ, ਪਰ ਚਾਹ ਪੱਤੀ ਤਾਂ ਅੱਜ ਹੀ ਲਿਆਉਣੀ ਪੈਣੀ ਆ ਤੇ ਖੰਡ ਵੀ ਅੱਜ ਹੀ ਲਿਆਉਣੀ ਪੈਣੀ ਆ। ਭਿੰਦਰ ਨੂੰ ਫੋਨ ਕਰਦੀ ਆ। ਹਾਂਜੀ, ਮੈਂ ਤਾਂ ਆ ਕਹਿਣ ਨੂੰ ਫੋਨ ਕੀਤਾ ਸੀ ਵੀ ਖੰਡ ਤੇ ਚਾਹ ਪੱਤੀ ਖਤਮ ਹੋਈ ਪਈ ਆ। ਚਲੋ ਚਾਹ ਪੱਤੀ ਦਾ ਤਾਂ ਸਰ ਜੂਗਾ, ਪਰ ਖੰਡ ਤਾਂ ਅੱਜ ਹੀ ਲਿਆਉਣੀ ਪੈਣੀ ਆ। ਠੀਕ ਹੈ ਜੀ, ਚੱਲ ਆਂਟੀ ਤੋਂ ਮੰਗ ਕੇ ਲਿਆਉਂਦੀ ਆ ਖੰਡ। ਪਹਿਲਾਂ ਵੀ ਮੇਰੀ ਉਹਨਾਂ ਨੇ ਕਾਫੀ ਵਾਰੀ ਮਦਦ ਕੀਤੀ ਹੈ, ਵਿਚਾਰੀ ਬਹੁਤ ਚੰਗੀ ਹੈ। ਰਮਨਾ, ਹਾਂਜੀ, ਆ ਲੈ ਖੰਡ ਤੇ ਚਾਹ ਪੱਤੀ ਤੇ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਦੱਸ ਦੀ।
नहीं जी होर किसी चीज की तो लोड़ नहीं है, बाकी समान 8-10 दिन लंघ जाने ने, अगले महीने ले आयो। ठीक है जे फिर भी किसी चीज की लोड़ हुई तो मैं पर्ची बना के दे दी। ठीक है जी तुसी बैठो मैं पानी लेके आनी हूं तुहाडे लई। ठीक है लो जी पानी। मैं 4-5 दिन तो देख रही हूं तुसी बहुत परेशान जे लगदे हो। नहीं परेशान तो नहीं। और फिर की गल है किते तुहाडे बाबू ने तो नहीं काम पिछे टोकिया? ओ ना ना बाबू तो मेरा बहुत खुश है मेरे काम तो। फिर होर की गल है जी? ओ गल तो कोई नहीं 3-4 दिन तो उत्थे काम बहुत ज्यादा है ता करके मेरा सिर जा दुखण लग जांदा। चलो ठीक है जी तुसी इन्ने आराम कर लो मैं रोटी बनाउनी आ। ठीक है ਭੁਪਿੰਦਰ ਸਿੰਘ ਕਰੀਏ ਉਹ ਤਾਂ ਘਰੇ ਹੈ ਨਹੀਂ ਜੀ। ਮੇਰਾ ਫੋਨ ਨਹੀਂ ਚੱਕਿਆ ਸੀ ਉਹਨਾਂ ਨੇ ਮੈਂ ਸੋਚਿਆ ਘਰੇ ਜਾਵਾਂ ਵਾਂ। ਕੀ ਗੱਲ ਕੋਈ ਕੰਮ ਸੀ ਉਹਨਾਂ ਤੋਂ? ਆਪਣਾ ਸੌਦੇ ਪੱਤੇ ਵਾਲਾ ਸਾਹਿਬ ਕਿਤਾਬ ਜਿਹਾ ਰਹਿੰਦਾ ਜੀ ਜਦੋਂ ਆਏ ਉਹਨਾਂ ਨੂੰ ਸੁਨੇਹਾ ਲਾ ਦਿਓ। ਚੰਗਾ ਜੀ ਠੀਕ ਹੈ। ਠੀਕ ਹੈ ਜੀ। ਭਾਈ ਭਿੰਦਰ ਕਰੀ ਆ? ਨਹੀਂ ਜੀ ਉਹ ਤਾਂ ਹਜੇ ਕੰਮ ਤੋਂ ਆਏ ਨਹੀਂ। ਆਪਣੇ ਦੁੱਧ ਵਾਲੇ ਪੈਸੇ ਰਹਿੰਦੇ ਸੀ ਜਦੋਂ ਆ ਗਿਆ ਉਹਨੂੰ ਕਹੋ ਕਿ ਡੈਰੀ 'ਤੇ ਫੜਾਇਆ ਵੀ। ਕੋਈ ਨਾ ਜੀ ਮੈਂ ਕਹਿ ਦੇਵਾਂਗੀ। ਠੀਕ ਹੈ ਜੀ ਠੀਕ। ਅੱਛਾ ਤਾਂ ਹੀ ਕੁਛ ਦਿਨਾਂ ਤੋਂ ਇੰਨੇ ਪਰੇਸ਼ਾਨ ਨੇ ਲੈਣੇ ਦੇਣੇ ਵਾਲਿਆਂ ਦੇ ਪੈਸੇ ਰਹਿੰਦੇ ਆ। ਹੋਰ ਤੁਹਾਡਾ ਕੰਮ ਵਧੀਆ ਚੱਲ ਰਿਹਾ? ਹਾਂ ਵਧੀਆ ਚੱਲਦਾ। ਅੱਜ ਦੋਜੀ ਆਇਆ ਸੀ ਪੈਸਿਆਂ ਨੂੰ ਕਹਿ ਰਿਹਾ ਸੀ। ਅੱਛਾ ਕੋਈ ਨਾ ਮੈਂ ਦੇ ਆਊਂਗਾ। ਨਾਲੇ ਉਹ ਦੁਕਾਨਦਾਰ ਆਇਆ ਸੀਗਾ। ਦੁਕਾਨਦਾਰ? ਦੁਕਾਨਦਾਰ ਕਿਹੜਾ? ਜਿਹੜੇ ਤੋਂ ਸੌਦਾ ਪੱਤਾ ਲੈ ਕੇ ਆਉਂਦੇ ਹੁੰਦੇ ਹੋ ਤੁਸੀਂ? ਅੱਛਾ ਹਾਂ ਉਹ ਹਾਂ ਉਹਦੇ ਵੀ ਰਹਿੰਦੇ ਨੇ ਥੋੜ੍ਹੇ ਜਿਹੇ ਪੈਸੇ। ਕੋਈ ਨਾ ਤੂੰ ਫਿਕਰ ਨਾ ਕਰ ਮੈਂ ਦੇ ਆਊਂਗਾ ਆਪੇ। ਫਿਕਰ ਕਿਉਂ ਨਾ ਕਰਾਂ ਜੀ ਇਹ ਘਰ ਕਿਹੜਾ ਤੁਹਾਡੇ ਇਕੱਲਿਆਂ ਦਾ ਮੇਰਾ ਵੀ ਤਾਂ ਹੈਗਾ ਆ। ਤੁਸੀਂ ਭਾਵੇਂ ਮੇਰੇ ਤੋਂ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਸੇ ਗੱਲੋਂ ਪਰੇਸ਼ਾਨ ਹੋ। ਹੋਰ ਕਿਸੇ ਦੇ ਵੀ ਪੈਸੇ ਰਹਿੰਦੇ ਨੇ? ਹਾਂ 1-2 ਦੇ ਹੋਰ ਰਹਿੰਦੇ ਨੇ। ਕਿੰਨੇ ਕੁ ਰਹਿੰਦੇ ਨੇ? ਕੁੱਲ 20,000 ਹੋਣਗੇ ਪਰ ਤੂੰ ਫਿਕਰ ਨਾ ਕਰ ਮੈਂ ਕਰਦਾ ਕਿਸੇ ਪਾਸੇ ਇੰਤਜ਼ਾਮ। ਭੁੱਖ ਬਹੁਤ ਲੱਗੀ ਆ ਤੂੰ ਰੋਟੀ ਬਣਾ ਜਾ ਕੇ। ਠੀਕ ਹੈ ਜੀ। ਕੀ ਗੱਲ ਭੈਣੇ ਬਾਹਲੀਆਂ ਸੋਚਾਂ 'ਚ ਪੈ ਰਹੀਆਂ? ਕੁਛ ਨਹੀਂ ਬੰਟੀ ਤੂੰ ਦੱਸ ਘਰੇ ਕਿੱਦਾਂ ਸਾਰੇ? ਘਰੇ ਸਭ ਠੀਕ ਨੇ ਭੈਣੇ ਪਰ ਭੈਣੇ ਮੈਂ ਤੈਨੂੰ ਕਦੇ ਇੰਨੀ ਫਿਕਰ 'ਚ ਦੇਖਿਆ ਨਹੀਂ। ਕੀ ਦੱਸਾਂ ਬੰਟੀ ਤੇਰੇ ਬਾਈ ਦੇ ਸਿਰ 'ਤੇ ਲੈਣ ਦੇਣ ਵਾਲਿਆਂ ਦਾ 20,000 ਰੁਪਇਆ ਹੋ ਰਿਹਾ। ਤੂੰ ਮੇਰਾ ਇੱਕ ਕੰਮ ਕਰੇਂਗਾ? ਹਾਂ ਦੱਸ ਭੈਣੇ ਕੀ? ਤੂੰ ਆ ਮੇਰੀ ਗੱਲ ਵਾਲੀ ਚੈਨੀ ਵੇਚਿਆ ਇੰਨੇ ਕੇ ਦੀ ਤਾਂ ਹੋਵੇਗੀ। ਨਾ ਨਾ ਭੈਣੇ ਚੈਨੀ ਕਾਹਨੂੰ ਵੇਚਣੀ ਆ ਪੈਸੇ ਮੈਂ ਬਾਪੂ ਨੂੰ ਪੁੱਛ ਲੈਣਾ।
बापू को पैसे कितों होंगे? होनी होनी तो मेरा ब्याह करके हटिया हो। पर भैने मैं तेरी चैनी नहीं बेच सकता। पर बंटी चीज उही होंगी है जेडे औखे वेले काम आवे। पर जे तेनू बाई ने इन्हों पैसों बारे पूछा फिर? कोई ना, मैं उन्होंने आपे कह दूंगी। चल चंगा भैने, फिर मैं करदा कोई ना कोई हल। चंगा, ध्यान ना जाई। कोई ना। शहर च सारिया सहूलता ने पर पिंडा वर्गा नजारा नहीं हुंदा। हांजी हां, ए भी है, पिंडा वर्गा खुला माहौल नहीं हुंदा। हां पुत्त, शहर ना पुत खुडिया जेडे जेडे घर होंगे ने, सारे दिन कंधा तपी जांदिया ने। ते पिंडा च खुले वेड़े होंगे, चंगे दरखत होंगे, दरख्तों थले जद मर्जी मंजा डाके बह जाओ, ते ठंडी हवा चलती रहती है। ये तो है पुत। चंगा आंटी, मैं चलती हाँ, घरे काम बथेरे पे ने, मैं फिर आनी हाँ। ठीक है पुत। चंगा। की गल जी, तुसी आज जमे ही चुप जी बैठे हो? देख रामन, ऊँ तो तू मेरी पहले ही बहुत बारी मदद की है, पर मैं हूँ 10-15 हज़ार की होर लोड़ है। 10-15 हज़ार की? हाँ, करे तो नहीं होने? ना जी, करे तो नहीं होने। जे तू गुस्सा ना करे तो तेन मैं गल कह। हाँ जी बोलो। जे एक बार आप तेरे गल वाली चैनी बेच दिए तो इस तो बाद मैं तेन इस तो ही बढ़िया चैनी बनवा दूंगा। मेरी चैनी जी? हाँ, कितने आ? ओहो, मैं ना चैनी पेटी च रखी हुई है। अच्छा, मैनू लगता मैं चैनी रख के भूल गई, पता नहीं मैं कितने रखती। कत्या तो नहीं हैगी? है? हाँ जी, ये कितों मिली तुनू? जिथे तू रखी सी। मतलब? मतलब ये, जिस दिन तू बंटी नू चैनी बेचन वास्ते कहा सी उस दिन मैं दोपहरे घर आया सी ते मैं सोडे दोनों ने सारी गल्लां सुन लिया सी। की गल भैने, बालियां सोचां च पै रहीआं? कुछ नहीं बंटी, तू दस करे किद्दां सारे? घरे सब ठीक ने भैने, पर भैने मैं तैनू कदे इन्नी फिकर च देखिआ नहीं। की दसां बंटी, तेरे बाई दे सिर ते लैण देण वाले दा 20,000 रुपया हो रहा, तू मेरा एक कम करेंगा? हाँ दस भैने। की? तू आ मेरी गल वाली चैनी बेचिआ, इन्ने के दी तां होवेगी? ना ना भैने, चैनी कानू बेचनी आ, पैसे मैं बापू नू पुछ लैणा। बापू को पैसे कितों होंगे? होनी होनी तो मेरा ब्याह करके हटिया हो। पर भैने मैं तेरी चैनी नहीं बेच सकता। पर बंटी चीज उही होंगी है जेडे औखे वेले काम आवे। पर जे तेनू बाई ने इन्हों पैसों बारे पूछा फिर? कोई ना, मैं उन्होंने आपे कह दूंगी। चल चंगा भैने, फिर मैं करदा कोई ना कोई हल। चंगा, ध्यान ना जाई। ਉਹ ਕਿਵੇਂ ਆ ਬੰਟੀ? ਠੀਕ ਆ ਬਾਈ। ਉਹ ਕਦੋਂ ਆਇਆ ਸੀ? ਹੁਣੇ ਆਇਆ ਸੀ ਬਸ ਬਾਈ। ਤੇ ਹੁਣੇ ਚੱਲਿਆ? ਹਾਂ ਬਾਈ, ਮੈਨੂੰ ਜ਼ਰੂਰੀ ਕੰਮ ਹੈ। ਉਹ ਮੈਨੂੰ ਪਤਾ ਹੈ ਤੈਨੂੰ ਕਿਹੜਾ ਜ਼ਰੂਰੀ ਕੰਮ ਹੈ, ਤੇਰੀ ਭੈਣ ਨੇ ਤੈਨੂੰ ਚੈਨੀ ਦਿੱਤੀ ਹੈ ਵੇਚਣ ਲਈ। ਹਾਂ ਬਾਈ। ਦੇਖ ਬੰਟੀ, ਪੈਸੇ ਨੇ ਤਾਂ ਆਪਾਂ ਨੂੰ ਬਹੁਤ ਲੋੜ ਹੈ, ਪਰ ਉਹਦੇ ਵਾਸਤੇ ਆਪਾਂ ਰਾਮ ਦੀ ਚੈਨੀ ਨਹੀਂ ਵੇਚ ਸਕਦੇ। ਤੂੰ ਫੜਾ ਮੈਨੂੰ ਚੈਨੀ। ਚੱਲ ਠੀਕ ਹੈ ਬਈ, ਆ ਜਾ। थोड़े काफी बार मदद की है, इस बार मैनू पूरे 20,000 रुपए की लोड़ है, तो जो तक थोड़े पैसे नहीं उतरते मैं 2-3 घंटे ओवर टाइम करा करूंगा। की गल भिंदर, अज ज्यादा परेशान जा लगता है। मैनू तेरे ते पूरा माण है भिंदरा, तेरे वर्गा सूझवान वर्कर मेरे नाल काम कर रहा, ते तुसी पति पत्नी एक दूजे का पूरा साथ दिंदे हो,
ਨਾਲੇ ਤੇਰੇ ਘਰ ਵਾਲੀ ਗਹਿਣੇ ਵੇਚਣ ਨੂੰ ਤਿਆਰ ਹੋ ਗਈ ਤੇ ਤੂੰ ਓਵਰ ਟਾਈਮ ਕੰਮ ਕਰਨ ਨੂੰ। ਹਾਂਜੀ ਬਾਈ ਜੀ। ਤੂੰ 2 ਮਿੰਟ ਬੈਠ, ਮੈਂ ਹੁਣੇ ਆਇਆ। ਠੀਕ ਹੈ ਬਾਈ ਜੀ। ਆਹ ਫਰਵਿੰਦਰਾ 20,000 ਰੁਪਇਆ, ਨਾਲੇ ਤੈਨੂੰ ਓਵਰ ਟਾਈਮ ਕੰਮ ਕਰਨ ਦੀ ਲੋੜ ਨਹੀਂ ਹੈਗੀ, ਹੌਲੀ ਹੌਲੀ ਤਨਖਾਹ 'ਚੋਂ ਕਟਾਈ ਆਪਦੀ 'ਚੋਂ। ਠੀਕ ਹੈ ਬਾਈ, ਨਾਲੇ ਅਗਲੇ ਮਹੀਨੇ ਤੇਰੀ ਤਨਖਾਹ ਹੀ ਵਧਾ ਦਾਂਗੇ। ਬਹੁਤ ਬਹੁਤ ਧੰਨਵਾਦ ਬਾਈ ਜੀ। ਉਹ ਕੋਈ ਗੱਲ ਨਹੀਂ, ਬੰਟੀ ਆ ਲੈ ਫੜ ਪੈਸੇ, ਆਪਦੀ ਭੈਣ ਨੂੰ ਕਹਿ ਦੀ ਵੀ ਮੈਂ ਚੈਨੀ ਵੇਚ ਕੇ ਲਿਆ। ਠੀਕ ਹੈ ਬਾਈ, ਠੀਕ ਹੈ ਬਾਈ ਜੀ, ਚੰਗਾ ਬਾਈ। ਉਹ ਕਮਲੀਏ, ਮੈਂ ਤਾਂ ਤੈਨੂੰ ਪਹਿਲੀ ਕਦੇ ਕੁਛ ਲੈ ਕੇ ਦਿੱਤਾ ਤੇ ਜਿਹੜਾ ਗਹਿਣਾ ਇੱਕ ਤੇਰੇ ਕੋਲ ਸੀ ਤੂੰ ਉਹ ਵੀ ਵੇਚਣ ਲੱਗੀ ਸੀ। ਗਹਿਣਿਆਂ ਤੋਂ ਵੱਧ ਮੇਰੇ ਲਈ ਜ਼ਰੂਰੀ ਤੁਹਾਡਾ ਪਿਆਰ ਅਤੇ ਤੁਹਾਡੀ ਖੁਸ਼ੀ ਹੈ। ਤੁਹਾਨੂੰ ਦੱਸ ਦੇਖ ਕੇ ਮੇਰਾ ਵੀ ਹਾਰ ਸ਼ਿੰਗਾਰ ਕਰਨ ਨੂੰ ਦਿਲ ਨਹੀਂ ਕਰਦਾ। ਚੱਲ ਕੋਈ ਨਾ ਰਮਨ, ਅਗਲੇ ਮਹੀਨੇ ਤੋਂ ਮੇਰੀ ਤਨਖਾਹ ਹੀ ਵੱਧ ਜੂਗੀ ਅਤੇ ਲੈਣ ਦੇਣ ਵੀ ਉੱਤਰ ਜੂਗਾ ਅਤੇ ਫਿਰ ਆਪਣੀ ਉਦਾਸੀ ਵੀ ਸਾਰੀ ਦੂਰ ਹੋ ਜੂਗੀ। ਫਿਰ ਕਰ ਲਿਆ ਕਰੀ ਜਿੰਨਾ ਮਰਜ਼ੀ ਸ਼ਿੰਗਾਰ। ਹੋਰ ਜੀ, ਹਾਰ ਸ਼ਿੰਗਾਰ ਕਰਨ ਦਾ ਵੀ ਕੀ ਫਾਇਦਾ ਜਦੋਂ ਕੋਈ ਤਾਰੀਫ ਕਰਨ ਵਾਲਾ ਹੀ ਨਹੀਂ ਹੈਗਾ ਮੇਰੀ। ਅੱਛਾ ਜੀ। ਹਾਂਜੀ। ਸਤਿ ਸ਼੍ਰੀ ਅਕਾਲ ਜੀ, ਜਿਹੜੀ ਤੁਸੀਂ ਵੀਡੀਓ ਦੇਖੀ ਹੋ ਤੁਹਾਨੂੰ ਕਿੱਦਾਂ ਦੀ ਲੱਗੀ, ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਜਸ ਫਿਲਮਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕਣ। ਅਤੇ ਆਪਣਾ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਵੀ ਹੈਗਾ, ਉੱਥੇ ਜਾ ਕੇ ਸਾਨੂੰ ਫੋਲੋ ਕਰ ਸਕਦੇ। ਅਤੇ ਮੇਰੀ ਵੀ ID ਹੈਗੀ ਹੈ ਬੁਲਬੁਲ ਤਿਮਾਨ 014, ਜ਼ਰੂਰ ਫੋਲੋ ਕਰੋ ਮੈਨੂੰ। ਥੈਂਕ ਯੂ।